ਤੁਹਾਡੇ ਕੋਲੇ ਵੀ ਮੋਬਾਈਲ ਕਈਆਂ ਕੋਲੇ ਸੀ, ਕਈਆਂ ਦੇ ਪੇਰੈਂਟਸ ਨੇ ਲਿਆ ਤੇ ਮੋਸਟਲੀ ਕੋਲੇ ਹੁਣ ਆ ਗਏ। ਹੁਣ ਮੋਬਾਈਲ ਲਏ ਤਾਂ ਸੀ ਪੜ੍ਹਾਈ ਵਾਸਤੇ ਕਿ ਕਲਾਸ ਲੱਗੇਗੀ ਜਾਂ ਯੂਟਿਊਬ ਦੀ ਕੋਈ ਵੀਡੀਓ ਅਗਰ ਟੀਚਰ ਤੁਹਾਨੂੰ ਸੈਂਡ ਕਰਦੇ ਆ ਤੁਸੀਂ ਉਹ ਦੇਖੋਗੇ। ਲੇਕਿਨ ਹੌਲੀ ਹੌਲੀ ਹੋਇਆ ਕੀ ਹੈ, ਸ਼ੁਰੂ ਸ਼ੁਰੂ ਤੋਂ ਬੱਚਿਆਂ ਨੂੰ ਸ਼ੌਂਕ ਸੀਗਾ ਆਨਲਾਈਨ ਟੀਚਿੰਗ ਦਾ ਕਿ ਵੀ ਅਸੀਂ ਕਲਾਸ ਲਾਵਾਂਗੇ, ਬੜਾ ਅੱਛਾ ਲੱਗਦਾ ਸੀ, ਨਵੀਂ ਚੀਜ਼ ਸੀ ਤੁਹਾਡੇ ਵਾਸਤੇ ਸਾਡੇ ਵਾਸਤੇ ਵੀ। ਯੂਟਿਊਬ ਬੱਚੇ ਦੇਖਦੇ ਸੀ, ਦੇਖਣ 'ਚ ਅੱਛਾ ਲੱਗਦਾ ਸੀ, ਲੇਕਿਨ ਹੌਲੀ ਹੌਲੀ ਤੁਸੀਂ ਉਹਦੇ ਤੋਂ ਬੋਰ ਹੋਣ ਲੱਗ ਗਏ ਔਰ ਮੋਬਾਈਲ ਦਾ ਯੂਜ਼ ਦੀ ਜਗ੍ਹਾ 'ਤੇ ਕੀ ਸ਼ੁਰੂ ਹੋ ਗਿਆ, ਮਿਸਯੂਜ਼ ਸ਼ੁਰੂ ਹੋ ਗਿਆ। ਗਲਤ ਤਰੀਕੇ ਨਾਲ ਉਹਦਾ ਇਸਤੇਮਾਲ ਤੁਸੀਂ ਕਰਨ ਲੱਗ ਗਏ ਔਰ ਮੈਂ ਬਹੁਤੇ ਵਿਸਤਾਰ 'ਚ ਨਹੀਂ ਜਾਣਾ, ਤੁਹਾਨੂੰ ਸਾਰਿਆਂ ਨੂੰ ਬੜੀ ਹੀ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕੀ ਕਹਿ ਰਿਹਾ। ਲੇਕਿਨ ਉਹਦਾ ਸਭ ਤੋਂ ਵੱਡਾ ਅਸਰ ਤੁਹਾਡੇ 'ਤੇ ਹੈ, ਤੁਹਾਡੇ ਫਿਊਚਰ 'ਤੇ ਹੈ ਔਰ ਤੁਹਾਡੇ ਫਿਊਚਰ ਨੂੰ ਤਬਾਹ ਕਰਨ ਵਾਲੀ ਇਹ ਚੀਜ਼ ਹੈ, ਡਿਸਟਰੋਏ ਕਰਨ ਵਾਲੀ ਚੀਜ਼। ਅਗਰ ਤੁਸੀਂ ਉਹਦਾ ਮਿਸਯੂਜ਼ ਕਰਦੇ ਹੋ, ਯੂਜ਼ ਕਰਦੇ ਹੋ ਤਾਂ ਫਿਰ ਕੋਈ ਅਸਰ। ਲੇਕਿਨ ਹੁਣ ਇੱਕ ਚੀਜ਼ ਹੋਰ ਹੈ, ਹੁਣ ਸਕੂਲ ਕਿਉਂਕਿ ਆਨਲਾਈਨ ਟੀਚਿੰਗ ਸੀ, ਅਸੀਂ ਵਟਸਐਪ 'ਤੇ ਗਰੁੱਪ ਬਣਾਏ ਕਲਾਸ ਵਾਈਜ਼, ਉਹਦੇ 'ਚ ਤੁਹਾਨੂੰ ਐਡ ਕੀਤਾ ਜਿਹਦਾ ਜੋ ਵੀ ਨੰਬਰ ਸੀਗਾ। ਹੁਣ ਮੰਨ ਲਓ ਆ ਬੱਚਿਆਂ ਦੇ ਕੋਲ ਮੋਬਾਈਲ